ਹਰੀਕੇ ਤੋਂ ਟੁੱਟਿਆ ਹੋਇਆ ਇਹ ਪਾਣੀ ਹੁਣ ਤਰਨਤਾਰਨ ਦੇ ਪਿੰਡਾਂ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਗਿਆ ਅਸੀਂ ਇਸ ਵੇਲੇ ਵਿਧਾਨ ਸਭਾ ਹਲਕਾ ਪੱਟੀ ਔਰ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਖੜੇ ਆ ਔਰ ਇਹ ਤਸਵੀਰ ਤੁਹਾਨੂੰ ਉਹਨਾਂ ਪਿੰਡਾਂ ਦੀ ਦਿਖਾ ਰਹੇ ਆ ਜਿੱਥੇ ਇਹ ਪਾਣੀ ਹੁਣ ਆ ਕੇ ਮਾਰ ਕਰ ਰਿਹਾ ਜਾਨੀ ਇੱਥੇ ਬਿਲਕੁਲ ਟੱਕਰ ਇਸ ਪਾਣੀ ਦੀ ਪੂਰੀ ਲੱਗਦੀ ਆ ਪਿੱਛੋਂ ਕਿਉਂਕਿ ਹਾਲੇ ਤੱਕ ਬੰਨ ਪੂਰਿਆ ਨਹੀਂ ਗਿਆ ਔਰ ਉਹ ਪਾਣੀ ਸਾਰਾ ਪਿਛਲੇ ਪਿੰਡਾਂ ਨੂੰ ਪ੍ਰਭਾਵਿਤ ਕਰਦਾ ਹੋਇਆ ਹੁਣ ਇਹਨਾਂ ਪਿੰਡਾਂ ਤੱਕ ਪਹੁੰਚ ਗਿਆ ਇੱਕ ਉਹ ਜਿੱਧਰਲੇ ਪਾਸੇ ਘਰ ਨੇ ਇੱਕ ਗੁਰਦੁਆਰਾ ਸਾਹਿਬ ਹੈ ਜਿਹਦੀਆਂ ਕੰਧਾਂ ਨਾਲ ਲਗਭਗ ਪਾਣੀ ਜਿਹੜਾ ਉਹ ਲੱਗ ਸਕਦਾ ਔਰ ਇਹ ਸਿਰਫ ਵਿਚਾਲੇ ਇੱਕ ਛੋਟੀ ਇੱਕ ਇੱਕ ਰਸਤਾ ਹੈ ਛੋਟੀ ਪਹੀ ਹੈ ਜਿਹੜੀ ਬਸ ਇਹਦੇ ਇਹਨਾਂ ਦੋਹਾਂ ਦੇ ਵਿਚਾਲੇ ਆ ਨਹੀਂ ਤਾਂ ਇਹ ਪਾਣੀ ਇਹਨਾਂ ਕੰਧਾਂ ਨੂੰ ਵੀ ਅੱਗੇ ਜਾ ਕੇ ਮਾਰ ਕਰੇਗਾ ਇਹ ਪਿੰਡ ਗੁਦਾਈਕੇ ਦੇ ਜਿਹੜੇ ਕੁਝ ਸੱਜਣ ਸਾਡੇ ਨਾਲ ਨੇ ਇਹ ਵੱਖ-ਵੱਖ ਜਿਹੜੀਆਂ ਟਾਣੀਆਂ ਹੁੰਦੀਆਂ ਨੇ ਬੈਕਾਂ ਇਧਰਲੇ ਪਾਸੇ ਬੋਲਦੇ ਆ ਉਹਨਾਂ ਦੇ ਵਿੱਚ ਵੀ ਰਹਿੰਦੇ ਨੇ ਕੁਝ ਇੰਨਾ ਕਰਾਂ ਦੇ ਲੋਕ ਨੇ ਕਿ ਉਹ ਪਿੱਛੋਂ ਰਾਹਤ ਕਿੰਨੀ ਕੁ ਮਿਲ ਰਹੀ ਐ ਜਾਂ ਨਹੀਂ ਮਿਲ ਰਹੀ ਬਈ ਕੀ ਨਾਮ ਹੈ ਬਈ ਤੁਹਾਡਾ ਸਰਵਨ ਸਿੰਘ ਅੱਛਾ ਇਹ ਪਾਣੀ ਪਹਿਲਾਂ ਇਹ ਦੱਸੋ ਕਿ ਇਸ ਤੋਂ ਪਹਿਲਾਂ ਕਦੇ ਇੱਥੋਂ ਤੱਕ ਪਾਣੀ ਪਹੁੰਚਿਆ ਹਾਂਜੀ ਪਹਿਲਾਂ ਸਾਰਿਆਂ ਨੂੰ ਇਹ ਚੈਨਲ ਦੇ ਮਾਰੀਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਜੀ ਪਾਣੀ ਦੀ ਜੇ ਗੱਲ ਕਰੀਏ ਤੇ ਅਸੀਂ ਤੇ ਸ਼ੁਰੂ ਤੋਂ ਹੀ ਜਿਉਂ ਸਾਹੀ ਸੁਰ ਸੰਭਲੇ ਆ ਵੀ ਬੜੀ ਅਰੀਏ ਪਾਣੀ ਦੀ ਮਾਰ ਠਾਏ ਆ ਤੇ ਇਹ ਪਹਿਲੀ ਵਾਰੀ ਨਹੀਂ ਆਇਆ ਪਰ ਹੋਣ ਇਹ ਗੱਲ ਆ ਵੀ ਜਿਹੜਾ ਇਹ ਬੰਨ ਆ ਨਾ ਇਹ ਬੰਨ ਜਾਂਦਾ ਤੇ ਉੱਤੋਂ ਜਾ ਕੇ ਬੰਨ ਰੁੜ ਗਿਆ ਤੇ ਗਾੜੀ ਜਿਹੜਾ ਨਿਕਾਸ ਨਹੀਂ ਪਾਣੀ ਦਾ ਕਿਸ ਬਨੇ ਹੋ ਰਿਹਾ ਇਸ ਕਰਕੇ ਜਰਾ ਡੁੱਬਿਆ ਉੱਤੋਂ ਪਾਣੀ ਪਈ ਜਾਂਦਾ ਤੇ ਗਾੜੀ ਨਿਕਲਦਾ ਪ੍ਰਬੰਧ ਕੋਈ ਨਹੀਂ ਅਸੀਂ ਘੇਰੇ ਜਾਂ ਪੂਰੇ ਅੱਛਾ ਇਧਰੋਂ ਕਿਸੇ ਪਾਸੇੋਂ ਕੋਈ ਨਿਕਾਸ ਨਹੀਂ ਕਿਸੇ ਪਾਸੇ ਅੱਗੇ ਖੇਤਾਂ ਖੁੱਤਾਂ ਨੂੰ ਨਿਕਲਦਾ ਪਾਣੀ ਬਸ ਚੜਦਾ ਜਾਂਦਾ ਜੀ ਪਾਣੀ ਖੇਤਾਂ ਨੂੰ ਚੜਦਾ ਜਾਂਦਾ ਨਿਕਲਣ ਵਾਲਾ ਪਾਣੀ ਜਿਹੜਾ ਪੈਰ ਗਿਆ ਤੇ ਗਾੜੀ ਨਿਕਲਦਾ ਸਾਧਨ ਕੋਈ ਨਹੀਂਗਾ ਇਸ ਕਰਕੇ ਥੋੜਾ ਇੱਥੇ ਆ ਕੇ ਟੱਕਰ ਲੱਗ ਰਹੀ ਆ ਅੱਜ ਟੱਕਰ ਲੱਗ ਰਹੀ ਹੈ ਇਹ ਜਿਹੜਾ ਸਾਡਾ ਪਿੰਡ ਗ ਇਹ ਅਸੀਂ ਸੀਟੋੜੀ ਧਰਤੀ ਦੇ ਵਿੱਚ ਰਹਿੰਦੇ ਆ ਬਿਲਕੁਲ ਆ ਹੱਦ ਤੇ ਖੜੇ ਆ ਅਸੀਂ ਇਹ ਸੀਟੋ ਦੇ ਵਿੱਚ ਤੇ ਜਿਹੜੀ ਸਾਡੀ ਜ਼ਮੀਨ ਆ ਰਗਵਾ ਭਾਣੇ ਕੇ ਗਦਾਈ ਕਹਿੰਦੀ ਜ਼ਮੀਨ ਜਿਹੜੀ ਸਾਡੇ ਪਿੰਡ ਦੀ ਭਾਣੇ ਕੇ ਤੇ ਗਦਾਈ ਕੇ ਜ਼ਮੀਨ ਆ ਜਿਹੜੀ ਉਹ 100% ਡੁੱਬ ਚੁੱਕੀ ਆ 100% ਹੀ ਮਤਲਬ ਹਾਂਜੀ ਲਗਭਗ ਨਾਲ ਹੀ ਸਾਡੇ ਜਲੋਗੇ ਲੱਗਦੇ ਆ ਤੇ ਜਿਹੜੇ ਜਲੋਗੇ ਆ ਉਹ ਵੀ ਡੁੱਬ ਚੁੱਕੇ ਆ ਉਹ ਵੀ ਹੈ ਪਿੰਡ ਸੁੱਕੀ ਜਗ੍ਹਾ ਦੇ ਜਿਹੜਾ ਰਗਵਾ ਸਾਰਾ ਹੀ ਲਗਭਗ ਜਲੋ ਗਿਆ ਨਾ ਵੀ ਵਿੱਚ ਦਰਿਆ ਦੇ ਆ ਹਾਂਜੀ ਤੁਹਾਨੂੰ ਦਿਖਾ ਦਈਏ ਕਿ ਪਿੱਛੇ ਜਿਹੜੇ ਜਿਹੜੇ ਘਰ ਨੇ ਉਹ ਇਸ ਪਾਣੀ ਦੀ ਮਾਰ ਹੇਠ ਆ ਬੇਸ਼ੱਕ ਕੁਝ ਉੱਚੇ ਹੋਣ ਕਰਕੇ ਘਰਾਂ ਚ ਪਾਣੀ ਬੇਸ਼ੱਕ ਨਾ ਗਿਆ ਹੋਵੇ ਪਰ ਇਹ ਜਿਹੜੀਆਂ ਫਸਲਾਂ ਸੀਗੀਆਂ ਝੋਨੇ ਦੀ ਫਸਲ ਹੈ ਇਹ ਸਾਰੀ ਦੀ ਸਾਰੀ ਬਰਬਾਦ ਹੋ ਗਈ ਪਿੱਛੋਂ ਪਾਣੀ ਬੇਸ਼ੱਕ ਜੋ ਕੱਲ ਵੀ ਅਸੀਂ ਤੁਹਾਨੂੰ ਦਿਖਾਇਆ ਕਿ ਹਰੀਕੇ ਹੈਡ ਤੇ ਜ਼ਰੂਰ ਕਹਿ ਰਹੇ ਸੀ ਕਿ ਪਾਣੀ ਘਟ ਗਿਆ 284000 ਤੱਕ ਚੱਲਿਆ ਕੱਲ ਇੱਕ 55 ਚੱਲ ਰਿਹਾ ਸੀ ਅੱਜ ਜਿਹੜੇ ਸਥਾਨਕ ਲੋਕ ਉੱਥੋਂ ਦੇ ਹੈਗੇ ਉਹ ਜ਼ਰੂਰ ਕਹਿ ਰਹੇ ਸੀ ਕਿ ਪਾਣੀ ਅੱਜ ਕੁਛ ਨਾ ਕੁਛ ਵਧਿਆ ਲੱਗਦਾ ਬਾਈ ਜੀ ਕਿੰਨਾ ਕੁ ਨੁਕਸਾਨ ਹੈ ਇਧਰਲੇ ਪਾਸੇ ਨੂੰ ਇੱਕ ਔਰ ਕਿੰਨੇ ਦਿਨਾਂ ਤੋਂ ਚੱਲ ਰਿਹਾ ਹੈ ਪਾਣੀ ਇਧਰ ਇਹ ਵੀਰ ਜੀ ਬਹੁਤ ਦਿਨਾਂ ਤੋਂ ਪਾਣੀ ਚੱਲ ਰਿਹਾ ਵਾ ਵੀਰ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਾ ਹਾਂਜੀ ਝੋਨੇ ਵੀਰ ਜੀ ਸਾਰੇ ਡੁੱਬ ਗਏ ਆ ਆ ਘੜ ਤੋਂ ਘੜ ਤੁਹਾਡੇ ਸਾਹਮਣੇ ਆ ਯਾਰ ਕਿਲਾ ਪਿੰਡ ਦਾ ਇੱਥੇ ਡੁੱਬ ਗਿਆ ਹੋਊਗਾ ਵੀਰ ਜੀ ਗਾੜੀ ਕੋਈ ਪਾਣੀ ਨਿਕਲ ਨਹੀਂ ਰਿਹਾ ਸਾਨੂੰ ਬਹੁਤ ਪਰੇਸ਼ਾਨੀ ਆ ਗਾੜੀ ਵੀਰ ਜੀ ਕੋਈ ਪਾਣੀ ਨਿਕਲਦਾ ਕੋਈ ਸਾਧਨ ਕਰਨਾ ਚਾਹੀਦਾ ਵਾ ਨਿਕਾਸ ਨਹੀਂ ਹਾਂਜੀ ਵੀ ਮਾਪੂ ਜੀ ਪਹਿਲਾਂ ਦੱਸਦੇ ਹੁੰਦੇ ਆ ਕਿ 88 ਵੇਲੇ ਵੀ ਪਾਣੀ ਆਇਆ 93 ਵੇਲੇ ਵੀ ਆਇਆ ਉਦੋਂ ਵੀ ਇਹਨਾਂ ਨੁਕਸਾਨ ਬੰਨ ਥੋੜਾ ਘੱਟ ਸੀ ਨਿਸ਼ਕਾਨ ਤਾਂ ਬਹੁਤ ਜ਼ਿਆਦਾ ਉਦੋਂ ਵੀ ਆਇਆ ਉਦੋਂ ਵੀ ਹੋਇਆ ਬਹੁਤ ਜ਼ਿਆਦਾ ਨਿਸ਼ਕਾਨ ਉਦੋਂ ਵੀ ਹੋਇਆ ਸੀ ਤੇ ਬੰਨ ਉਦੋਂ ਇਹਨਾਂ ਜਬਰ ਨੇ ਹੈ ਜਿਹੜਾ ਬੰਨ ਜਬਰ ਨੇ ਵਸੇਰਾ ਤੇ ਹੜ੍ਹ ਕਿਥਾਂ ਤੋਂ ਉਹ ਨਿਕਲਦਾ ਕੋਈ ਚੱਕਰ ਨਹੀਂ ਹੈਗਾ ਇਹਦੇ ਪੈ ਤਾਂ ਪਾਣੀ ਗੱਬ ਸਦਾ 3 ਕਿਲੇ ਤੋਂ ਬੰਨ ਰੁੜ ਗਿਆ ਹਾਂ ਸਾਢੇ ਪੌਂਦਿਆਂ ਪੌਂਦਿਆਂ ਸਾਨੂੰ ਮਹੀਨਾ ਲੱਗਿਆ ਉੱਥੇ ਮਿੱਟੀ ਪਾਉਂਦੇ ਰਹੇ ਹਾਂ ਤੇ ਹੁਣ ਇੱਥੇ ਆ ਕੇ ਜਦੋਂ ਪਾਣੀ ਵਜ ਗਿਆ ਤੇ ਇਹ ਕਿਸੇ ਬੰਨੇ ਨਿਕਲ ਨੂੰ ਚੱਕਰ ਨਹੀਂ ਇਹ 6 ਮਹੀਨੇ ਵਿੱਚ ਪਾਣੀ ਨਹੀਂ ਨਿਕਲਣਾ ਜੇ ਕੋਈ ਸਰਕਾਰਾਂ ਨੇ ਕਿਸੇ ਨੇ ਪ੍ਰਬੰਧ ਨਾ ਕੀਤਾ ਤੇ ਪਾਣੀ ਨਿਕਲਣਾ ਹੀ ਨਹੀਂਗਾ ਪਾਣੀ ਜਾਊ ਘੜੇ ਬਣਨੂਏ ਜਾਣ ਵਾਲਾ ਕੋਈ ਸਰਬੰਧ ਹੀ ਨਹੀਂਗਾ ਇਹ ਵੀ ਅੱਗੇ ਵੀ ਡਾਫ ਲੱਗਦੀ ਏ ਕਿਸੇ ਪਾਸੇ ਇਧਰਲੇ ਪਾਸੇ ਵੀ ਡਾਫ ਲੱਗਦੀ ਏ ਪਾਣੀ ਇਹ ਨਾ ਪਾਣੀ ਡਾਫ ਫਿਡਾਫ ਆ ਚਾਰ ਸਪੈ ਇਧਰ ਥਾਮ ਚਾਰ ਅਗਲੇ ਬੰਨੇ ਅਵਸਾਰ ਆ ਬਣਵਾ ਸਾਰੇ ਬੰਨ ਤਰੇ ਉਹ ਸੋਚਾ ਸਾਰੇ ਪਾਸੋਂ ਡਾਫ ਫਿਡਾ ਚਾਰ ਸਪੈ ਨੂੰ ਡਾਫ ਹੀ ਆ ਨਿਕਲਦਾ ਸਰਬੰਧ ਰੱਖ ਕਿਦੋਂ ਹੀ ਨਹੀਂਗਾ ਹਾਂ ਤੇ ਬਹੁਤ ਜ਼ਿਆਦਾ 100% ਹੀ ਨਿਸ਼ਕਾਨ ਆ ਗਦਾਈ ਕੇ ਸਾਰੇ ਪਾਣੀ ਚ ਬਾਣੇ ਘਾ ਰਕਬਾ ਜਿਹੜਾ ਬਾ ਉਹ ਸਾਰਾ ਪਾਣੀ ਚ ਇੱਕ ਤੇ ਨੌ ਜਣਾ ਥਾਂ ਨਹੀਂ ਬਜਿਆ ਆ ਕੁਛ ਸੱਜ ਲੋਕਿਆਂ ਦਾ ਬਾ ਪਰਲੇ ਬਨੇ ਡੂੰਣੀ ਵਾਲਾ ਬਾ ਠਾੜਪੂਰੇ ਆ ਜਣਾ ਬਹੁਤ ਜ਼ਿਆਦਾ ਨਿਖਾਨ ਸਾਬੋਂ ਥੋੜਾ ਨੇਗਾ ਇਹਨਾਂ ਨਿਸ਼ਕਾਨ ਜਿਹੜਾ ਘਾਟਾ ਪੂਰਾ ਨਹੀਂ ਹੋ ਸਕਦਾ ਨਹੀਂ ਬਿਲਕੁਲ ਨਹੀਂ ਹਾਂ ਬਿਲਕੁਲ ਨਾ ਸਾਡੇ ਪੱਠਿਆਂ ਖਾਨ ਨੂੰ ਕਮਾਲ ਨੂੰ ਰਹਿ ਗਿਆ ਉਪਿਖਲਾ ਫਸਲ ਤਾਂ ਹੀ ਖਾਦਾ ਗਏ ਕਾਂ ਸਾਡਾ 10-10 ਕਿਲੇ 15-15 ਕਿਲੇ ਕਿਉਂ ਨਾ ਮੋਟਰਾਂ ਲੱਗੀਆਂ ਪਟੂਏ ਲੈ ਲੱਗੇ ਨੇ ਇੱਕ ਮੰਜਾ ਥਾਂ ਨੇ ਵਿਲਾ ਫਸਲ ਬੀਜਿਆ ਹੀ ਪੂਰਾ ਫਸਲ ਸੀ ਖਾਤਾ ਪੈ ਗਿਆ ਖਰਚੇ ਵੀ ਫੋਲੋ ਗਿਆ ਚਾਰਾ ਵਗੈਰਾ ਪਹੁੰਚ ਰਿਹਾ ਬਾਪੂ ਇਧਰਲੇ ਪਾਸੇ ਕੋਈ ਆ ਰਿਹਾ ਚਾਰਾ ਕੋ ਨਾ ਪੜਗਾ ਆਉਂਦੇ ਬੜੇ ਨੇ ਦਾਣੇ ਹੀ ਬੜੇ ਆਉਂਦੇ ਆ ਹਾਂ ਸਾਡੇ ਪਿੰਡ ਤੇ ਕਰਾਈ ਤੇ ਕਰ ਕੋਈ ਨਹੀਂ ਆਪੜਿਆ ਇੱਥੇ ਬਨੇ ਬਣ ਜਾਂਦੇ ਨੇ ਰੋੜਾਂ ਦੀ ਜਰੂਰਤ ਹੈਗੀ ਇੱਥੇ ਕਿਉਂਕਿ ਚਾਰੇ ਦੀ ਜਰੂਰਤ ਹੈ ਗਫਾ ਪਾਣੀ ਸਭ ਕੋਈ ਸਿਕਸ਼ਗਰ ਚਾਹੋਂ ਹੋਗਾ ਡੰਗਰਾਂ ਦੀ ਜਿਹੜੀ ਮੁਸ਼ਕਲ ਆ ਚਾਰਾ ਜਿਹੜਾ ਡੰਗਰਾਂ ਦਾ ਉਹ ਨਹੀਂਗਾ ਇੱਥੇ ਪਹੁੰਚ ਰਿਹਾ ਗਦਾਈ ਕੇ ਪਿੰਡ ਚ ਤੇ ਕੁਝ ਬਈ ਕਾਂ ਜਿਵੇਂ ਕੁਝ ਉਹਨਾਂ ਨੂੰ ਵੀ ਲੋੜ ਹੈ ਗਿਆ ਮਾਲ ਡੰਗਰ ਪਿੰਡਾਂ ਚ ਵੀ ਲਿਆਣ ਕੇ ਬੱਧਾ ਉਹਨਾਂ ਨੇ ਤੇ ਦੂਜੀ ਬੇਨਤੀ ਹੈ ਅਸੀਂ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆ ਵੀ ਚਲੋ ਬੜਾ ਸਹਿਯੋਗ ਆ ਸਰਕਾਰ ਦਾ ਸੋਣਾ ਕਰ ਰਿਹਾ ਪ੍ਰਾਲਾ ਮਹੀਨੇ ਡੇਢ ਮਹੀਨੇ ਸਾਡੇ ਮੰਤਰੀ ਸਾਹਿਬ ਸੋਣਾ ਪ੍ਰਾਲਾ ਕਰ ਰਹੇ ਆ ਨਾਲ ਸਾਡੇ ਖਬਰ ਹੈ ਜੇ ਅਸੀਂ ਖਬਰ ਹੈ ਵੀ ਇਹ ਕੇ ਆ ਵੀ ਜਲਦੀ ਜਲਦੀ ਜਿਹੜੀ ਜਿਹੜੀ ਆ ਕਰਕੇ ਗਰੋਰੀ ਕਰ ਸਪੈਸ਼ਲ ਗਰੋਰੀ ਕਰਕੇ ਜਿਵੇਂ ਜਿਵੇਂ ਕਿਹੇ ਦਾ ਨੁਕਸਾਨ ਆ ਪਹਿਲੀਆਂ ਠੇਕੇ ਤੇ ਵੀ ਆ ਹਿੱਸੇ ਦੇ ਜਿਤਨਾ ਕਿਹੜਾ ਨੁਕਸਾਨ ਆ ਸਪੈਸ਼ਲ ਗਰੋਰੀ ਹੋਣੀ ਚਾਹੀਦੀ ਆ ਤੁਰੰਤ ਤੇ ਜਿਤਨਾ ਅਸੀਂ ਖਰਚਾ ਵੀ 20 25 25000 ਕਿਲੇ ਦੇ ਕਰ ਚੁੱਕੇ ਆ ਤੇ ਪੱਲੇ ਕੱਖ ਨਹੀਂ ਪਿਆ ਉਹ ਜਲਦੀ ਤੋਂ ਜਲਦੀ ਤੁਰੰਤ ਜਿਹੜਾ ਉਹ ਕਾਰਵਾਈ ਹੋ ਕੇ ਦੇ ਜਿਹੜਾ ਖਰਾਬੇ ਦੀ ਇੱਕ ਵਾਰੀ ਲਾਇਆ ਸੀ ਕਿ ਕਈ ਥਾਂ ਮੈਂ ਤੇ ਦੂਜੀ ਦੂਜੀ ਵਾਰ ਵੀ ਲਗਾ ਕਈ ਵਾਰੀ ਦੋ ਵਾਰੀ ਲਗਾ ਕਈ ਵਾਰੀ ਤਿੰਨ ਵਾਰੀ ਵੀ ਲਗਾ ਗਈ ਸਾਈ ਕਈ ਵਾਰੀ ਤੇਰੀ ਵਾਰ ਉਹ ਜਿਹੜਾ 10-12 ਬਰਾਬਰ ਹਜ਼ਾਰ ਲਵਾਈ ਜਿਹੜੀ ਪੈ ਚੁੱਕੀ 4-4.5 ਹਜ਼ਾਰ ਰੁਪਿਆ ਕਿਲੇ ਦੀ ਲਵਾਈ ਪਈ ਆ ਹੋਰ ਖਰਚੇ ਲਾ ਲੋ ਤੁਸੀਂ ਤੇ 20-25-25 ਹਜ਼ਾਰ ਰੁਪਿਆ ਕਿਲੇ ਦੇ ਜਿਹੜਾ ਉਹ ਖਰਚਾ ਚੜ ਚੁੱਕਾ ਹੈ ਤੇ ਇਸ ਕਰਕੇ ਸਾਡੀ ਤੇ ਅਪੀਲ ਆ ਸਰਕਾਰ ਗਾੜੀ ਬੇਨਤੀ ਕਰ ਸਕਦੇ ਆ ਕਿ ਸਾਡੇ ਜਿਹੜਾ ਤਰੰਤ ਇਹ ਗਰਦਾਵਰੀ ਕੀਤੀ ਕਿ ਆ ਵੇ ਸਪੈਸ਼ਲ ਗਰਉਰੀ ਹੋਵੇ ਰਹੀ ਤੇ ਟੀਮਾ ਸਪੈਸ਼ਲ ਲੱਗਣ ਤੇ ਸਾਡੇ ਜਿਹੜਾ ਬਣਦਾ ਹੱਕ ਆ ਹਰ ਇੱਕ ਨੂੰ ਲੱਟਾ ਜਾਵੇ ਬਾਈ ਲੀਡਰ ਪਹੁੰਚੇ ਆਏ ਇੱਥੋਂ ਦੇ ਲੋਕਲ ਲੀਡਰ ਮਤਲਬ ਬਾਈ ਜਿਹੜੀ ਕਹਿੰਦੇ ਕਿ ਠੀਕ ਹੈ ਜਿਵੇਂ ਅਸੀਂ ਲੱਗੇ ਰਹੇ ਹਾਂ ਮੰਤਰੀ ਸਾਹਿਬ ਵੀ ਲੱਗੇ ਰਹੇ ਨੇ ਔਰ ਬਾਕੀ ਮਤਲਬ ਸਹਿਯੋਗ ਦੀ ਗੱਲ ਕਰੀਏ ਪ੍ਰਸ਼ਾਸਨ ਦੀ ਜਾਂ ਸਰਕਾਰ ਦੇ ਸਹਿਯੋਗ ਦੀ ਗੱਲ ਕਰੀਏ ਤਾਂ ਪ੍ਰੋਪਰ ਮਿਲਿਆ ਇੱਧਰ ਅਨੇ ਦੇਖੋ ਪਹਿਲਾਂ ਤਾਂ ਕੁਝ ਸਨੋ ਘਟ ਸੀ ਜਦੋਂ ਰੌਲਾ ਜਿਆਦਾ ਪਿਆ ਨਾ ਇਹ ਜਿਹੜੇ ਸਰਪੰਚ ਸਾਹਿਬ ਆ ਮੈਂ ਇਹਨਾਂ ਨੂੰ ਖੁਦ ਵੇਖਿਆ ਜਦੋਂ ਪਹਿਲਾਂ ਬਾਂਡ ਟੁੱਟਣ ਲੱਗਾ ਸੀ ਅੱਜ ਤੋਂ 11 ਜੁਲਾਈ ਨੂੰ ਪਾਣੀ ਆਇਆ 9 ਨੂੰ ਆਇਆ ਤੋਦੋ ਪਿੰਡਾਂ ਵਾਲਿਆਂ ਹਿੰਮਤ ਕੀਤੀ ਚਲੋ ਬਾਅਦ ਵਿੱਚ ਮੰਤਰੀ ਸਾਹਿਬ ਆਏ ਉਹਨਾਂ ਚਾਰਾ ਇੱਕ ਦਿਨ ਵੰਡਿਆ ਇੱਕ ਦਿਨ ਵੰਡਿਆ ਚਲੋ ਧੰਨਵਾਦ ਕਰਦੇ ਆ ਬਾਅਦ ਵਿੱਚ ਉਹ ਮੰਨ ਤੇ ਉੱਥੇ ਲੱਗੇ ਰਹੇ ਆ ਇਹਦੇ ਵਿੱਚ ਇਹ ਨਹੀਂ ਵੀ ਕੋਈ ਆਏ ਆਏ ਸਾਰੇ ਆ ਪ੍ਰਸ਼ਾਸਨ ਵੀ ਆਇਆ ਚਲੋ ਮੰਤਰੀ ਸਾਹਿਬ ਵੀ ਆਏ ਪਰ ਹੁਣ ਜਿਹੜੀ ਇਸ ਪਿੰਡ ਦੀ ਸਿਚੁਏਸ਼ਨ ਇਹ ਆ ਮੈਂ ਪਹਿਲਾਂ ਬੇਨਤੀ ਕੀਤੀ ਸੀ ਵੀ ਮੇਰੇ ਸਭਰਾ ਤੋਂ ਪਾਣੀ ਲੈ ਗਿਆ ਕਾਰਨ ਉਹ ਪਾਣੀ ਇਹ ਰਕਬਾ ਸਾਡੇ ਪਿੰਡ ਸਭਰਾ ਦਾ ਹੀ ਹੈ ਗਦਾਈ ਕਿ ਹੋਏ ਜਲੋ ਕੇ ਹੋਏ ਭਾਣੇ ਇਹ ਮਤਲਬ ਸਾਰੇ ਪਿੰਡ ਸਾਡੇ ਪਰ ਮੁਸ਼ਕਲ ਇਹ ਬਣੀ ਖੜੀ ਵੀ ਉਹ ਸਾਰਾ ਪਾਣੀ ਇੱਥੇ ਇਕ ਜਮਾ ਹੋ ਗਿਆ ਹੁਣ ਉਤਲਾ ਪਾਣੀ ਇੱਥੇ ਆ ਗਿਆ ਇਹ ਡਾਫ ਲੱਗੇ ਇਸ ਨੂੰ ਡਾਫ ਕਹਿੰਦੇ ਆ ਮਤਲਬ ਜਦੋਂ ਪਾਣੀ ਜਮਾ ਹੁੰਦਾ ਜਾਂਦਾ ਸਟਕ ਹੋ ਜਾਂਦਾ ਹਾਂ ਹੁਣ ਰੋਕੇ ਪਾਣੀ ਫਿਰ ਪਿੱਛੇ ਨੂੰ ਜਾ ਰਿਹਾ ਪਿੰਨਾਂ ਚ ਵੜ ਰਿਹਾ ਖਰਚ ਵੜ ਰਿਹਾ ਤੇ ਮੈਂ ਮੰਤਰੀ ਸਾਹਿਬ ਨੂੰ ਤੁਹਾਡੇ ਮਾਧਮ ਰਾਹੀਂ ਬੇਨਤੀ ਕਰਨੀ ਚਾਹਣਾ ਤੁਸੀਂ ਬੰਨ ਤੇ ਵੀ ਗਏ ਹੋ ਚਲੋ ਬੰਨ ਦਾ ਦੌਰਾ ਵੀ ਕੀਤਾ ਵਾ ਤੁਸੀਂ ਤੋੜੇ ਵੀ ਚੁੱਕੇ ਆ ਧੰਵਾਦ ਮਗਰ ਗਦਾਈ ਕੇ ਪਿੰਡ ਵਿੱਚ ਜਾਂ ਪੂਰੇ ਅਥਾੜ ਪਿੰਡ ਵਿੱਚ ਇਹਨਾਂ ਬਹਿਕਾਂ ਵਿੱਚ ਜਰੂਰ ਆਓ ਕਈ ਵਾਰ ਪਤਾ ਕੀ ਹੋਣ ਡਿਆ ਪਿੰਡ ਵੱਡੇ ਪਿੰਡਾਂ ਵਿੱਚ ਲੋਕ ਚਾਰਾ ਲੈ ਕੇ ਆਉਂਦੇ ਆ ਉਹ ਮੇਰੇ ਵਰਗੇ ਲੈ ਜਾਂਦੇ ਆ ਨੁਕਸਾਨ ਇਹ ਜਨੰਦਾ ਹੋਇਆ ਕਾਰਨੇ ਉਹ ਅਗਲੇ ਨੂੰ ਅਣਜਾਣ ਲੋਕ ਆਉਂਦੇ ਪਤਾ ਨਹੀਂ ਦੂਰੋਂ ਦੂਰੋਂ ਆਉਂਦਾ ਕੋਈ ਗਰਦਾਸਪੁਰੋਂ ਆਇਆ ਕਿਤੋਂ ਆਇਆ ਪਰ ਮੈਂ ਕਹਿੰਦਾ ਲੋੜਵੰਦਾਂ ਤੱਕ ਪਹੁੰਚਣਾ ਚਾਹੀਦਾ ਮੈਂ ਤੁਹਾਡੇ ਮਾਧਿਮ ਰਾਹੀਂ ਵੀਰਾਂ ਨੂੰ ਬੇਨਤੀ ਕਰਾਂ ਵਿਦੇਸ਼ਾਂ ਵਿੱਚ ਵੀ ਸਾਡੇ ਵੀਰ ਬੈਠੇ ਐਨ ਆਰ ਆਈ ਵੀ ਤੁਸੀਂ ਕਿਰਪਾ ਕਰਕੇ ਜੋ ਵੀ ਮਦਦ ਕਰਨੀ ਉਹ ਲੋੜਵੰਦਾਂ ਤੱਕ ਪਹੁੰਚਾਓ ਜਿਹੜੇ ਆ ਘਰ ਡੁੱਬੇ ਆ ਨਾ ਵਿੱਚ ਪਾਣੀ ਦੇ ਕਿਉਂਕਿ ਵੇਖੋ ਘਰ ਤਾਂ ਇੱਥੇ ਕੁਝ ਪਿੰਡ 'ਚ ਬਚ ਗਏ ਪਰ ਆਹ ਦਰਿਆ ਇਹ ਦਰਿਆ ਨਹੀਂਗਾ ਇਹ ਫਸਲਾਂ ਸੀ ਇੱਥੇ ਝੋਨੇ ਸੀ ਹਰੀਆਲੀ ਸੀ ਇੱਥੇ ਬਹੁਤ ਪਰ ਹੁਣ ਤੇ ਸਮੁੰਦਰ ਬਣ ਗਿਆ ਵੇਖ ਲਓ ਇੱਕ ਉਦੋਂ ਵੱਡਾ ਦਰਿਆ ਇੱਥੇ ਬਣ ਗਿਆ ਤਾਂ ਜਿਵੇਂ ਸਰਪੰਚ ਸਾਹਿਬ ਨੇ ਗੱਲ ਕਹੀ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦਾ ਸਰਕਾਰ ਨੂੰ ਕਿ ਸਰਕਾਰ ਆਵੇਸਲੀ ਨਾ ਹੋਵੇ ਅਜੇ ਗੱਲ ਮੁੱਕੀ ਨਹੀਂ ਹੈ ਖਤਰਾ ਅਜੇ ਟੁੱਟਾ ਨਹੀਂਗਾ ਅਜੇ ਬੰਨ 300 ਫੁੱਟ 400 ਰਹਿਦਾ ਅਜੇ ਪੂਰਨ ਵਾਲਾ ਰਹਿਦਾ ਅਗਰ ਪਾਣੀ ਪਿੱਛੋਂ ਆ ਜਾਂਦਾ ਹੈ ਤਾਂ ਉਹ ਫੇਰ ਪਾਣੀ ਦੁਬਾਰਾ ਇੱਥੇ ਆ ਜਨਾ ਫੇਰ ਤਾਂ ਅੱਗੇ ਹੀ ਡੁੱਬੇ ਹੋਏ ਲੋਕ ਵਿਚਾਰੇ ਇਹ ਤਾਂ ਹੋਰ ਮਾਰੇ ਜਾਣਗੇ ਭਾਜੀ ਬੜਾ ਨੁਕਸਾਨ ਹੋ ਗਿਆ ਮਤਲਬ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਵਾਕੇ 15-15000 ਰੁਪਇਆ ਕਿੱਲੇ ਦੀ ਲਵਾਈ ਲੱਗਦੀ ਹੈ ਤੇਲ ਪਾ ਕੇ ਖਰਚਾ ਪਾ ਕੇ ਘਰ ਦਾ ਖਰਚਾ ਪਾ ਕੇ ਤਾਂ ਉਹ ਸਾਰਾ ਕੁਝ ਤਬਾਹ ਹੋ ਗਿਆ ਤੇ ਮੈਂ ਕਹਿੰਦਾ ਗਰਦੌਰੀਆਂ ਸਰਕਾਰ ਬਾਅਦ ਵਿੱਚ ਕਰ ਲੈਂਦੀ ਪਹਿਲਾਂ ਲੋਕਾਂ ਦੀ ਸਾਰ ਲੈਂਦੀ ਤੇ ਗਰਦੌਰੀਆਂ ਕਰਨ ਤੋਂ ਪਹਿਲਾਂ ਵੀ ਜੇ ਪੈਸੇ ਦਿੱਤੇ ਜਾਂਦੇ ਕਿਹੜੀ ਗੱਲ ਸੀ ਚਲੋ ਹੁਣ ਵੀ ਸਰਕਾਰ ਨੂੰ ਇਹੋ ਬੇਨਤੀ ਆ ਵੀ ਹੱਲਾ ਮਾਰੋ ਲੋਕਾਂ ਤੱਕ ਪਹੁੰਚ ਕਰੋ ਨੁਕਸਾਨ ਹੋਇਆ ਉਹਨਾਂ ਨੂੰ ਪੈਸੇ ਮਿਲਣੇ ਚਾਹੀਦੇ ਬਸ ਮੈਂ ਇਹ ਬੇਨਤੀ ਕਰਦਾ ਹੱਥ ਜੋੜ ਕੇ ਮਾਨ ਸਾਹਿਬ ਨੂੰ ਬੇਨਤੀ ਕਰਦਾ ਵੀ ਛੱਤੀ ਘੜ ਛੱਡੋ ਉਧਰ ਤਾਂ ਜਿਹੜੀਆਂ ਵੋਟਾਂ ਉਹ ਪੈਣੀਆਂ ਪਏ ਜਾਣੀਆਂ ਤੁਸੀਂ ਪੰਜਾਬ ਦੀ ਸਾਰੇ ਇੱਥੇ ਆ ਕੇ ਆਪ ਖੁਦ ਕਹਿ ਕੇ ਲਾਓ ਇਹ ਤੁਹਾਨੂੰ ਬੇਨਤੀ ਕਰਦੇ ਆ ਜੀ ਤਾਂ ਲੋਕਾਂ ਦੀ ਲੋਕਾਂ ਦੀ ਮੁੱਖ ਸਮੱਸਿਆ ਇਹੋ ਹੀ ਹੈ ਕਿ ਸਾਡਾ ਜਿਹੜਾ ਖਤਰਾ ਹੈ ਉਹ ਹਾਲੇ ਟਲਿਆ ਨਹੀਂ ਦੇਖੋ ਇਹ ਸਾਰੇ ਪਿੰਡ ਦੇ ਕੁਝ ਨੌਜਵਾਨ ਨੇ ਬਜ਼ੁਰਗ ਨੇ ਜਿਨ੍ਹਾਂ ਨੇ ਮਤਲਬ ਆਪਣੀ ਗੱਲ ਪਹੁੰਚਾਉਣੀ ਹੈ ਇਹਨਾਂ ਦੀ ਇੱਕ ਤਕਲੀਫ ਇਹ ਵੀ ਹੈ ਕਿ ਇਹਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਚਾਰਾ ਜਿਹੜਾ ਉਹ ਖਰਾਬ ਹੋ ਗਿਆ ਉਹਦੀ ਇੱਕ ਉਦਾਹਰਨ ਤੁਹਾਨੂੰ ਇੱਥੇ ਇੱਧਰ ਦਿਖਾਈ ਦਿੰਨੇ ਆ ਨਾਲ ਹੀ ਇੱਥੇ ਚਾਰਾ ਬੀਜਿਆ ਹੋਇਆ ਸੀਗਾ ਇਹ ਦਿਖਾ ਦਿਓ ਕੈਮਰੇ ਨਾਲ ਇੱਥੇ ਚਾਰਾ ਸੀ ਇਹ ਡੁੱਬਿਆ ਪਿਆ ਇੱਥੇ ਪਾਣੀ ਘਟਣ ਦੀ ਕੋਈ ਸੰਭਾਵਨਾ ਨਹੀਂ ਔਰ ਜੇ ਘਟੂਗਾ ਵੀ ਤਾਂ ਇਹ ਚਾਰਾ ਲਗਭਗ ਖਤਮ ਹੈ ਜਾਨੀ ਡੰਗਰਾਂ ਵਾਸਤੇ ਚਾਰੇ ਦੀ ਬੜੀ ਜ਼ਰੂਰਤ ਹੈ ਅ ਜਿਵੇਂ ਬਹੁਤ ਥਾਵਾਂ ਤੇ ਸਾਡੇ ਦਾਨੀ ਸੱਜਣ ਜਿਹੜੇ ਨੇ ਉਹ ਜਿਹੜਾ ਡੰਗਰਾਂ ਨੂੰ ਪੈਣ ਵਾਲਾ ਆਚਾਰ ਵੀ ਹੈਗਾ ਜਿਹੜਾ ਮੱਕੀ ਦਾ ਉਹ ਵੀ ਲੈ ਕੇ ਆ ਰਹੇ ਆ ਤੇ ਉਹ ਕਹਿੰਦੇ ਸਾਡੇ ਕੋਲੇ ਘੱਟ ਪਹੁੰਚ ਰਿਹਾ ਤਾਂ ਇਹਨਾਂ ਪਿੰਡਾਂ ਦੇ ਵਿੱਚ ਜ਼ਰੂਰ ਇਹ ਜਿਹੜਾ ਇਹ ਪਹੁੰਚਦਾ ਹੋਣਾ ਚਾਹੀਦਾ ਜੀ ਅੱਛਾ ਜੀ ਇੱਕ ਬੇਨਤੀ ਇਹ ਵੀ ਚਾਰਾ ਹੁੰਦਾ ਵੀ ਆ ਚਾਰਾ ਜਿਹੜਾ ਹੈ ਜਿਸ ਤਰ੍ਹਾਂ ਨਗਰ ਨਗਰ ਦੇ ਵਿੱਚ ਆਵੇ ਕੋਈ 2-4 ਬੰਦੇਾਂ ਦੀ ਸਾਡੇਾਂ ਦੀ ਅਸੀਂ ਮੁੰਡਿਆਂ ਦੀ ਡਿਊਟੀ ਲਾਈਏ ਜ਼ਿੰਮੇਵਾਰੀ ਲਈਏ ਤੇ ਕੋਈ ਇੱਦਾਂ ਕਰੋ ਤੁਸੀਂ ਨਾ ਤੁਸੀਂ ਆਪਣਾ ਮੋਬਾਈਲ ਨੰਬਰ ਦਿਓ ਮਤਲਬ ਤੁਸੀਂ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਠੀਕ ਹੈ ਨਾ ਤੁਹਾਡੇ ਤੱਕ ਸੰਪਰਕ ਹੋ ਜੇ ਤੁਸੀਂ ਉਹਨਾਂ ਲੋਕਾਂ ਤੱਕ ਪਹੁੰਚਾਓ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਹੈ ਆਪਣਾ ਮੋਬਾਈਲ ਨੰਬਰ ਦਾ ਹਾਂਜੀ ਹਾਂਜੀ ਇਹ ਅਹੀਂ ਇਹੋ ਹੀ ਗੱਲ ਕਰਨੀ ਚਾਹੁੰਨੇ ਵੀ ਅਸੀਂ ਉੱਥੋਂ ਤੱਕ ਪੁੱਜਣਾ ਪਹੁੰਚਣਾ ਚਾਹੀਦਾ ਇੰਨੀ ਕਾ ਵੀ ਲੁੱਟ ਖਸੁੱਟ ਕਈ ਸੁੱਕੇ ਥਾਂ ਪਏ ਆ ਜਿਹੜੇ ਅਸੀਂ ਵਧੀਆ ਗੱਲ ਨਹੀਂ ਜਿਹੜੀ ਮੈਂ ਗੱਲ ਲਗਾ ਕਰਨਾ ਕਈ ਬੜੇ ਸੁੱਕੇ ਥਾਂ ਬੈਠੇ ਆ ਰਾਮਨਾਥ ਦੇ ਬਾਹਰ ਦੀ ਬਾਹਰ ਲੁੱਟ ਖਸੁੱਟ ਕਰਨ ਵਾਲੀ ਗੱਲ ਅਸੀਂ ਐਨੇ ਵੀ ਮਾਲਕ ਨੇ ਇਹ ਸਮਾ ਜਿਹੜਾ ਪਹਿੜਾ ਲਿਆਂਦਾ ਇਹ ਨਾਂ ਲਿਆਂਦਾ ਤੇ ਨਾਚਾਰੇ ਦੀ ਲੋੜ ਇਤਰਾ ਪਵੇ ਤੇ ਅਸਲੀ ਸਹੀ ਨੰਬਰ ਮੇਰਾ ਹੈਗਾ ਜੀ 9417597180 9417597180 ਜੀ ਸਰਵਣ ਸਿੰਘ ਮੇਰਾ ਨਾਮ ਹੈ ਸਾਬਕਾ ਸਰਪੰਚ ਗਦਾਈਕੇ ਤੇ ਇਸ ਕਰਕੇ ਸਾਰੀ ਇਹ ਜਿਹੜੀ ਸਾਡੇ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਨਾਲ ਖੜੀ ਆ ਤੇ ਹਰ ਇੱਕ ਤੱਕ ਮੇਰੇ ਦਿਲ ਦੀ ਇੱਛਾ ਜਿਹੜੀ ਮੈਂ ਨਾ ਹਰ ਇੱਕ ਤੱਕ ਜਿਹੜੀ ਚੀਜ਼ ਆਏ ਹਰ ਇੱਕ ਤੱਕ ਕੋਈ ਪਹੁੰਚਣੀ ਚਾਹੀਦੀ ਜਿਹੜਾ ਹੈ ਹੜਪੀੜਤਵਾ ਬਿਲਕੁਲ ਇਹ ਇਹ ਬਿਲਕੁਲ ਠੀਕ ਗੱਲ ਹੈ ਕਿ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਤੱਕ ਜਿਹੜਾ ਸਮਾਨ ਆ ਲੋੜੀਂਦਾ ਉਹ ਪਹੁੰਚਣਾ ਚਾਹੀਦਾ ਰਸਤੇ ਦੇ ਵਿੱਚ ਕੋਈ ਹੋਰ ਜਿਹੜਾ ਉਹ ਸਮਾਨ ਨਾ ਲੈ ਜਾਵੇ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਤਾਂ ਇਹਨਾਂ ਨੇ ਆਪਣਾ ਮੋਬਾਈਲ ਨੰਬਰ ਬੋਲਿਆ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਖਾਸ ਤੌਰ ਤੇ ਡੰਗਰਾਂ ਵਾਸਤੇ ਚਾਰੇ ਦੀ ਲੋੜ ਆ ਉਹ ਜ਼ਰੂਰ ਪਹੁੰਚਾ ਸਕਦੇ ਹੋ ਔਰ ਨਾਲ ਹੀ ਇਹ ਸਿੱਧੇ ਤੌਰ ਤੇ ਕਹਿ ਰਿਹਾ ਕਿ ਖਤਰਾ ਸਾਡਾ ਟਲਿਆ ਨਹੀਂ ਇਹ ਖਤਰਾ ਹੋਰ ਵੱਧ ਸਕਦਾ ਜੇ ਪਿੱਛੋਂ ਪਾਣੀ ਹੋਰ ਜ਼ਿਆਦਾ ਆਉਂਦਾ ਤਾਂ ਇਹਨਾਂ ਘਰਾਂ ਦਾ ਨੁਕਸਾਨ ਤੈ ਆ ਕਿਉਂਕਿ ਇੱਥੋਂ ਤੱਕ ਤਾਂ ਪਾਣੀ ਪਹੁੰਚ ਗਿਆ ਇਹਦੇ ਨਾਲ ਨਾਲ ਜਿਹੜੀ ਆ ਬੰਨੀ ਬਣੀ ਹੈ ਇਹ ਕਮਜ਼ੋਰ ਹੋਈ ਪਈ ਹੈ ਇਹਨੇ ਟੁੱਟਣਾ ਨਾਲ ਦੀ ਨਾਲ ਹੀ ਇਸ ਰਾਹ ਨੇ ਟੁੱਟ ਜਾਣਾ ਔਰ ਘਰਾਂ ਦੇ ਨਾਲ ਤੇ ਇਹ ਸਾਰਾ ਨੁਕਸਾਨ ਜਿਹੜਾ ਇਹਨਾਂ ਦਾ ਹੋ ਜਾਣਾ ਹੈ ਸਰਕਾਰ ਨੂੰ ਅਪੀਲ ਕਰਦੇ ਨੇ ਕਿ ਖਾਸ ਤੌਰ ਤੇ ਇਸ ਪਾਸੇ ਵੱਲ ਧਿਆਨ ਦਿੱਤਾ ਜਾਵੇ